ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਸਾਡੇ ਕੋਲ ਰੀਜਨਲ ਏਰੀਆ ਨੂੰ ਲੈ ਕੇ ਵੀ ਨੇ ਕਿ ਕੁਝ ਖਾਸ ਤਰ੍ਹਾਂ ਦੇ ਬੈਨੀਫਿਟ ਸਾਨੂੰ ਮਿਲ ਸਕਦੇ ਨੇ ਅਗਰ ਅਸੀਂ ਰੀਜਨਲ ਏਰੀਆ ਅਪਲਾਈ ਕਰਦੇ ਹਾਂ ਤਾਂ ਕਿਹੜੀ ਕਿਹੜੀ ਜਗ੍ਹਾ ਅਪਲਾਈ ਕੀਤਾ ਜਾ ਸਕਦਾ ਔਰ ਕਿਸ ਤਰ੍ਹਾਂ ਦੇ ਬੈਨੀਫਿਟਸ ਮਿਲ ਸਕਦੇ ਨੇ ਤਾਂ ਅੱਜ ਦੀ ਵੀਡੀਓ ਵਿੱਚ ਇਸ ਨੂੰ ਲੈ ਕੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ। ਸੋ ਮੈਮ, ਕਿੰਨਾ ਕੁ ਫਰਕ ਪੈਂਦਾ ਹੈ ਅਗਰ ਕੋਈ ਸਟੂਡੈਂਟ ਜਦ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰੀਏ ਔਰ ਰੀਜਨਲ ਏਰੀਆ ਕੋਈ ਸਿਲੈਕਟ ਕਰਦਾ ਹੈ ਤਾਂ ਕਿਹੜੀ ਕਿਹੜੀ ਥਾਂ 'ਤੇ ਆਪਾਂ ਮੇਜਰ ਮੇਜਰ ਦੇਖੀਏ ਮੇਜਰ ਤੌਰ 'ਤੇ ਕਿ ਉਹਨੂੰ ਬੈਨੀਫਿਟਸ ਮਿਲ ਰਹੇ ਨੇ, ਚਾਹੇ ਸਟੱਡੀ ਨੂੰ ਲੈ ਕੇ ਫੀਸ ਘੱਟ ਹੋਣ ਨੂੰ ਲੈ ਕੇ ਜਾਂ PR ਜਲਦੀ ਹੋਣ ਨੂੰ ਲੈ ਕੇ। ਤਾਂ ਮੈਂ ਜ਼ਰੂਰ ਚਾਹੂੰਗੀ ਉਹਨਾਂ ਰੀਜਨਲ ਏਰੀਆਜ਼ ਬਾਰੇ ਕਿ ਤੁਸੀਂ ਡਿਟੇਲ ਵਿੱਚ ਸਟੂਡੈਂਟਸ ਨੂੰ ਜ਼ਰੂਰ ਗਾਈਡ ਕਰੋ ਤਾਂ ਕਿ ਸਟੂਡੈਂਟ ਉਸੇ ਹਿਸਾਬ ਦੇ ਨਾਲ ਆਪਣਾ ਅੱਗੋਂ ਦਾ ਜੋ ਹੈ ਡਿਸੀਜ਼ਨ ਲੈ ਸਕੇ। ਹਰਜੋਤ, ਦੇਖੋ, ਆਸਟ੍ਰੇਲੀਆ ਜਾਣ ਦਾ ਚਾਓ ਹਰ ਸਟੂਡੈਂਟ ਨੂੰ ਹੈ। ਕਿਸੇ ਟਾਈਮ ਇਹ ਚਾਓ ਸੀਗਾ ਕੈਨੇਡਾ ਜਾਣ ਦਾ, ਹੁਣ ਉਹ ਜਿਹੜਾ ਹਰ ਸਟੂਡੈਂਟ ਦਾ ਜਿਹੜਾ ਆਸਟ੍ਰੇਲੀਆ ਜਾਣ ਦਾ ਚਾਓ ਹੈ। ਇਸ ਟਾਈਮ 54% ਸਟੂਡੈਂਟਸ ਜਿਹੜੇ ਹੈ ਨਾ, ਇਸ ਟਾਈਮ ਜਿਹੜਾ ਡਾਟਾ ਆਉਂਦਾ ਸਾਡੇ ਕੋਲ ਕਿ ਜਿਹੜਾ ਜਿਨ੍ਹਾਂ ਦਾ ਇੰਟਰਸਟ ਬਹੁਤ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਹੈ, ਕਿਉਂਕਿ 54% ਦੇ ਬਾਅਦ ਕੁਛ US ਜਾਂਦੇ ਆ, ਕੁਛ UK ਜਾਣਗੇ, ਕੁਛ ਆਇਰਲੈਂਡ ਜਾਣਗੇ, ਯੂਰਪ ਜਾਣਗੇ, ਕੈਨੇਡਾ ਜਾਣਗੇ, ਬਾਕੀ ਸਾਰੀ ਕੰਟਰੀਆਂ ਨੂੰ ਛੱਡ ਕੇ। ਤੁਸੀਂ ਇਹ ਦੇਖੋ, ਇੰਨੀ ਸਾਰੀ ਕੰਟਰੀਆਂ ਦੇ ਵਿੱਚ ਜਿਹੜਾ ਲੈੱਸ ਦੈਨ 50%, ਮਤਲਬ 46%, ਔਰ ਇਕੱਲੇ ਆਸਟ੍ਰੇਲੀਆ ਦੇ ਵਿੱਚ 54% ਸਟੂਡੈਂਟ ਇਸ ਟਾਈਮ ਜਿਹੜਾ ਸਿਲੈਕਟ ਕਰ ਰਿਹਾ ਆਸਟ੍ਰੇਲੀਆ ਨੂੰ ਐਜ਼ ਏ ਪ੍ਰੈਫਰਡ ਡੈਸਟੀਨੇਸ਼ਨ। ਪਹਿਲੇ ਜਦ ਬਹੁਤ ਜ਼ਿਆਦਾ ਨੌਲੇਜ ਨਹੀਂ ਸੀ ਸਟੂਡੈਂਟਸ ਨੂੰ, ਤਾਂ ਉਸ ਟਾਈਮ ਇੱਕ ਸਿਡਨੀ ਔਰ ਮੈਲਬਰਨ, ਦੋ ਹੀ ਚੀਜ਼ਾਂ ਉਹਨਾਂ ਨੂੰ ਪਤਾ ਸੀ ਔਰ ਦੋਨੋਂ ਜਗ੍ਹਾ ਜਾਣਾ। ਹੁਣ ਸਟੂਡੈਂਟ ਨੂੰ ਪਤਾ, ਜਿਹੜੇ ਬੱਚਿਆਂ ਨੇ ਕੋਵਿਡ ਦੇ ਬਾਅਦ ਜਿਨ੍ਹਾਂ ਦੇ ਵੀਜ਼ੇ ਆਏ, ਆ ਗੌਰਮੈਂਟ ਨੇ ਪੋਲਿਸੀਜ਼ ਕਰਤੀਆਂ ਸੀਗੀਆਂ ਕਿ ਅਸੀਂ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਹੈ, ਐਟਲੀਸਟ 2+1 ਈਅਰ ਦਾ, 2 ਈਅਰ ਦਾ ਜਾਂ 3 ਈਅਰ ਦਾ, ਅਪ ਟੂ 5 ਈਅਰ ਕਰਤਾ ਸੀਗਾ। ਔਰ ਜਿੰਨੇ ਸਟੂਡੈਂਟ ਸਾਡੇ ਪਰਥ ਸਾਈਡ ਗਏ ਸੀਗੇ, ਉਹਨਾਂ ਦੇ ਫੋਨ ਆਉਣ ਲੱਗੇ, 1 ਜੁਲਾਈ ਤੋਂ ਪਹਿਲੇ ਉਹਨਾਂ ਨੇ ਆਪਣਾ ਪੋਸਟ ਸਟੱਡੀ ਵਰਕ ਪਰਮਿਟ ਅਪਲਾਈ ਕੀਤਾ ਔਰ ਹਰ ਬੱਚੇ ਦਾ ਪੋਸਟ ਸਟੱਡੀ ਵਰਕ ਪਰਮਿਟ 5 ਈਅਰਸ ਦਾ ਆਇਆ ਸੀਗਾ। ਕਿਉਂਕਿ ਐਜ਼ ਏ ਕੰਸਲਟੈਂਟ ਜਦ ਅਸੀਂ ਗਾਈਡ ਕਰਦੇ ਹਾਂ ਔਰ ਜਦ ਸਟੂਡੈਂਟ ਸੁਣਦੇ ਆ ਔਰ ਉਹਦੇ ਬਾਅਦ ਜਦ ਉਹਨਾਂ ਦੇ ਫੋਨ ਉੱਧਰੋਂ ਆਉਂਦੇ ਕਿ ਮੇਰੇ ਵਾਸਤੇ ਵਧੀਆ ਹੋ ਗਿਆ, ਤਾਂ ਸਾਨੂੰ ਸ਼ਾਇਦ ਉਹਨਾਂ ਤੋਂ ਜ਼ਿਆਦਾ ਖੁਸ਼ੀ ਸਾਨੂੰ ਮਿਲਦੀ ਆ ਹਜੇ ਵੀ। ਕਿਉਂਕਿ ਜਿਹੜਾ ਸਿਟੀ ਹੈ ਉਹਦੀ ਪਾਪੂਲੇਸ਼ਨ ਹਮੇਸ਼ਾ ਬਹੁਤ ਜ਼ਿਆਦਾ ਹੁੰਦੀ ਆ, ਉਹ ਚਾਹੇ ਮੈਲਬਰਨ ਹੋਏ ਔਰ ਚਾਹੇ ਸਿਡਨੀ ਹੋਏ, ਉੱਥੇ ਲਿਵਿੰਗ ਕਾਸਟ ਬਹੁਤ ਜ਼ਿਆਦਾ ਹੋਏਗੀ। ਉੱਥੇ ਤੁਸੀਂ ਇਹ ਦੇਖੋ ਕਿ ਬੱਚੇ ਨੂੰ ਹਰ, ਦੇਖੋ, ਲਿਵਿੰਗ ਕਾਸਟ ਜੇ ਜ਼ਿਆਦਾ ਹੈ ਨਾ ਤਾਂ ਉਹਨੂੰ ਬਹੁਤ ਸਟਰਗਲ ਕਰਨਾ ਪੈਂਦਾ। ਪਹਿਲੇ ਤਾਂ ਉਹਨੂੰ ਜਿਹੜੇ ਕੰਮ ਕਰਦਾ ਬੱਚਾ ਆਫਟਰ ਸਟੱਡੀਜ਼, ਜਿਹੜਾ 20 ਆਵਰਸ ਦਾ ਮਿਲਦਾ ਉਹਨੂੰ ਵਰਕ ਪਰਮਿਟ, ਉਹਦੇ ਵਿੱਚ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਰੈਂਟਲ ਕੋਸਟ ਕੱਢ ਲਾਂ, ਆਪਣਾ ਗਰੋਸਰੀ ਦਾ ਖਰਚਾ ਕੱਢ ਲਾਂ। ਕਈ ਵਾਰੀ ਉਹ ਵੀ ਮੁਸ਼ਕਲ ਹੋ ਜਾਂਦਾ ਬੜੇ ਸ਼ਹਿਰਾਂ ਵਿੱਚ, ਕਿਉਂਕਿ ਉਹਨਾਂ ਦੀ ਕੋਸਟ, ਲਿਵਿੰਗ ਕੋਸਟ ਵੱਧ ਜਾਂਦੀ ਹੈ। ਲਿਵਿੰਗ ਕੋਸਟ ਵੱਧ ਗਈ ਅਤੇ ਤੁਸੀਂ ਲਾਈਫ ਸਟਾਈਲ ਦੇ ਨਾਲ ਕੰਪਰੋਮਾਈਜ਼ ਕਰ ਰਹੇ ਹੋ, ਇੱਕ ਇੱਕ ਰੂਮ 'ਚ ਜ਼ਿਆਦਾ ਬੱਚੇ ਰਹਿੰਦੇ ਆ ਆਪਣੇ ਆਪ ਨੂੰ ਪੈਸਾ ਬਚਾਉਣ ਵਾਸਤੇ। ਉਹੀ ਜੇ ਤੁਸੀਂ ਥੋੜ੍ਹਾ ਜਿਹਾ ਰਿਮੋਟ ਏਰੀਆ 'ਚ ਜਾਂਦੇ ਹੋ, ਐਗਜੈਕਟਲੀ ਨੋਟ ਰੀਜਨਲ ਬਟ ਥੋੜ੍ਹਾ ਜਿਹਾ ਏਰੀਆ ਡਿਫਰੈਂਟ ਜਿੱਥੇ ਪਾਪੂਲੇਸ਼ਨ ਘੱਟ ਹੈ, ਉਹਨਾਂ ਦੇ ਵਿੱਚ ਕਿਹੜੇ ਏਰੀਆ ਆ ਗਏ? ਸਾਊਥ ਆਸਟ੍ਰੇਲੀਆ ਆ ਗਿਆ, ਐਡੀਲੇਡ ਬੜੀ ਸਿਟੀ ਹੈ ਲੇਕਿਨ ਪਾਪੂਲੇਸ਼ਨ ਘੱਟ ਹੈ। ਵੈਸਟਰਨ ਆਸਟ੍ਰੇਲੀਆ, ਪਰਥ, ਅਗੇਨ ਕੈਪੀਟਲ ਹੈ ਪਰਥ, ਵੈਸਟਰਨ ਆਸਟ੍ਰੇਲੀਆ ਦੀ ਬੜੀ ਸਿਟੀ ਹੈ, ਪਾਪੂਲੇਸ਼ਨ ਹਜੇ ਵੀ ਬਹੁਤ ਘੱਟ ਹੈ, ਠੀਕ ਹੈ। ਦੈਨ ਤੁਹਾਡਾ ਤਸਮਾਨੀਆ ਆ ਗਿਆ,
ਦੈਨ ਤੁਹਾਡਾ ਗੋਲਡ ਕੋਸਟ ਆ ਗਿਆ। ਇਹ ਸਾਰੇ ਏਰੀਆ ਜਿਹੜੇ ਆ ਨਾ ਹਜੇ ਪਾਪੂਲੇਸ਼ਨ ਬਹੁਤ ਘੱਟ ਹੈ ਸਟੂਡੈਂਟਸ। ਇਹਨਾਂ ਦੇ ਵਿੱਚ ਜਿਹੜੀ ਹੈ ਜਿਹੜੀ ਯੂਨੀਵਰਸਿਟੀਆਂ ਇਸ ਸਾਈਡ ਹੈ ਉਹਨਾਂ ਨੂੰ ਜੇ ਚੂਜ਼ ਕਰੇ, ਕੋਸ਼ਿਸ਼ ਕਰੇ, ਕਿਉਂਕਿ ਅੱਜ ਦੇ ਜਿਹੜੇ ਹਾਲਾਤ ਹੈ ਆਸਟ੍ਰੇਲੀਆ ਦੇ ਉਹ ਬਿਲਕੁਲ ਡਿਫਰੈਂਟ ਹੈ। ਸਟੂਡੈਂਟ ਦੇ ਆਪਣਾ ਚੋਣ ਨਹੀਂ ਚੱਲਦਾ ਇਸ ਟਾਈਮ, ਯੂਨੀਵਰਸਿਟੀ ਜਿਹੜੀ ਐਕਸੈਪਟ ਕਰ ਲਏ ਉਹ ਚੋਣ ਚੱਲਦਾ। ਲੇਕਿਨ ਜੇ ਇਹ ਯੂਨੀਵਰਸਿਟੀਆਂ ਇਹਨਾਂ ਨੂੰ ਰੀਜਨਲ ਵਾਲੀ ਐਕਸੈਪਟ ਕਰ ਲੈਣ ਤਾਂ ਬਹੁਤ ਅੱਛਾ, ਕਿਉਂਕਿ ਲਾਈਫ ਸਟਾਈਲ ਤੁਸੀਂ ਮੇਨਟੇਨ ਕਰ ਸਕਦੇ ਹੋ। ਤੁਹਾਡਾ ਜਿਹੜਾ ਤੁਸੀਂ ਬੜੇ ਸ਼ਹਿਰਾਂ ਦੇ ਵਿੱਚ ਖਰਚ ਕਰ ਰਹੇ ਹੋ ਉਸ ਤੋਂ ਅੱਧਾ ਅਕੋਮੋਡੇਸ਼ਨ ਦਾ ਖਰਚਾ ਆਏਗਾ ਤੁਹਾਡਾ। ਜੇ ਹਾਫ ਅਕੋਮੋਡੇਸ਼ਨ ਦਾ ਖਰਚਾ ਆ ਰਿਹਾ ਤਾਂ ਇੰਨਾ ਸਟ੍ਰੈਸ ਨਹੀਂ ਹੈ ਤੁਹਾਨੂੰ, ਬਿਲਕੁਲ ਕਿ ਕੰਮ 'ਤੇ ਹਰ ਟਾਈਮ ਕੰਮ ਕਰ ਰਹੇ ਹੋ, ਜਿਹੜੇ ਐਕਸਟਰਾ ਆਰਸ ਕਰ ਰਹੇ ਹੋ ਤੁਹਾਨੂੰ ਡਰ ਲੱਗ ਰਿਹਾ ਕੱਲ੍ਹ ਨੂੰ ਅਸੀਂ ਪਕੜੇ ਨਾ ਜਾਈਏ, ਕਿਉਂਕਿ ਜਦ ਤੁਸੀਂ ਐਕਸਟਰਾ ਕੰਮ ਕਰ ਰਹੇ ਹੋ ਤੁਹਾਡੀ ਅਸਾਈਨਮੈਂਟਸ ਖਰਾਬ ਹੋ ਰਹੀਆਂ, ਤੁਹਾਡੀ ਪੜ੍ਹਾਈ ਖਰਾਬ ਹੋ ਰਹੀ ਹੈ, ਫੇਲ ਹੋ ਜਾਓਗੇ, ਫੇਲ ਹੋ ਜਾਓਗੇ, ਫਿਰ ਯੂਨੀਵਰਸਿਟੀ ਨੂੰ ਫੀਸਾਂ ਭਰਨੀਆਂ ਜਾਂ ਕਾਲਜ ਨੂੰ ਫੀਸਾਂ ਭਰਨੀਆਂ। ਅਤੇ ਸਮਝਦਾਰੀ ਕਿਹਦੇ ਵਿੱਚ ਹੈ ਕਿ ਜਿੱਥੇ ਤੁਹਾਡਾ ਖਰਚਾ ਘੱਟ ਹੋਏ, ਤੁਹਾਡੇ 'ਤੇ ਉਨਾ ਪ੍ਰੈਸ਼ਰ ਨਾ ਹੋਏ, ਤੁਸੀਂ ਪੜ੍ਹਾਈ ਦੀ ਤਰਫ ਧਿਆਨ ਦੇ ਸਕੋ, ਇਹ ਬਹੁਤ ਇੰਪਾਰਟੈਂਟ ਹੈ। ਏਰੀਆ ਚੂਜ਼ ਕਰ ਲਿਆ, ਏਰੀਆ ਚੂਜ਼ ਕਰਨ ਦੇ ਬਾਅਦ ਜਿਹੜੇ ਉਸ ਏਰੀਆ ਦੇ ਵਿੱਚ ਜਿਹੜੀ ਤੁਸੀਂ ਦੇਖੋ ਸਕਿੱਲ ਓਕੂਪੇਸ਼ਨ ਲਿਸਟ ਕਿਹੜੀ ਹੈ ਜਿਨ੍ਹਾਂ ਦੀ ਸ਼ੋਰਟੇਜ ਹੈ, ਉਹ ਵਾਲਾ ਕੋਰਸ ਆਪਣੇ ਕੋਰਸ ਤੋਂ ਰਿਲੇਟਿਡ ਲਓਗੇ ਤੁਸੀਂ, ਫਿਰ ਤੁਹਾਡੀ ਜਿਹੜੀ ਹੈ ਨਾ ਪੜ੍ਹਾਈ ਖਤਮ ਹੋਣ ਦੇ ਬਾਅਦ ਤੁਹਾਡੇ ਜੋਬ ਚਾਂਸਿਸ ਬਹੁਤ ਅੱਛੇ ਹੈ, ਔਰ ਜੋਬ ਚਾਂਸਿਸ ਬਹੁਤ ਅੱਛੇ ਅਤੇ ਸੈਟਲਮੈਂਟ ਆਪਣੇ ਆਪ ਆਏਗੀ, ਉਹ ਪਿੱਛੇ ਭੱਜਦੀ ਹੈ ਤੁਹਾਡੇ, ਤੁਸੀਂ ਨਹੀਂ ਉਹਦੇ ਪਿੱਛੇ ਭੱਜਦੇ। ਦੇਅਰ ਇਜ਼ ਅ ਡਿਫਰੈਂਸ, ਇੱਕ ਆਪਾਂ ਉਹਦੇ ਪਿੱਛੇ ਭੱਜਣੇ, ਇੱਕ ਉਹ ਆਪਣੇ ਪਿੱਛੇ, ਜੇ ਜੋਬ ਆਪਣੀ ਅੱਛੀ ਹੈ। ਅੱਜ ਦੇ ਦਿਨ ਸਾਰਿਆਂ ਨੂੰ ਪਤਾ ਹੈ IT ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਹੋ ਗਿਆ, ਸਾਈਬਰ ਸਿਕਿਉਰਿਟੀ ਹੋ ਗਿਆ, ਡਾਟਾ ਐਨਾਲਿਟਿਕ ਹੋ ਗਿਆ, ਇਹਨਾਂ ਚੀਜ਼ਾਂ ਦੀ ਬਹੁਤ ਸ਼ੋਰਟੇਜ ਹੈ, ਉਹ ਬੰਦੇ ਮਿਲਦੇ ਨਹੀਂ ਹੈ, ਔਰ ਉਹਨਾਂ ਨੂੰ ਸੈਲਰੀ ਕਿੱਧਰੇ ਬਹੁਤ ਜ਼ਿਆਦਾ ਮਿਲਦੀ ਹੈ। ਅਤੇ ਇਹੋ ਜਿਹੇ ਸਟੂਡੈਂਟਸ ਨੂੰ ਤਾਂ ਪਹਿਲੇ ਹੀ ਕੰਪਨੀਆਂ ਜੋਬ ਆਫਰ ਲੈਟਰ ਦੇ ਰਹੀਆਂ, ਔਰ ਜਿਹੜਾ ਬੱਚਾ ਉੱਥੇ ਮੰਨ ਲਓ ਰਹਿਣਾ ਵੀ ਚਾਹੁੰਦਾ ਹੈ ਅਤੇ ਜੇ ਕੰਪਨੀ ਨੇ ਜੋਬ ਆਫਰ ਲੈਟਰ ਦੇ ਦਿੱਤਾ ਤਾਂ ਉਹਦੇ 'ਤੇ ਸੈਟਲਮੈਂਟ ਨੂੰ ਕਦੀ ਕੋਈ ਡਿਨਾਈ ਨਹੀਂ ਕਰ ਸਕਦਾ। ਇਸ ਕਰਕੇ ਏਰੀਆ, ਏਰੀਆ ਦੇ ਨਾਲ ਕੋਰਸ ਵਧੀਆ ਚੋਣ ਕਰਨਾ, ਕੋਰਸ ਜਿਹੜਾ ਤੁਹਾਡੇ ਪਿਛਲੀ ਪੜ੍ਹਾਈ ਤੋਂ ਮੈਚ ਕਰਦਾ ਹੋਏ। ਹੁਣ ਨੋਨ ਮੈਡੀਕਲ ਵਾਲਾ ਬੱਚਾ ਟਰੈਵਲ ਟੂਰਿਜ਼ਮ ਨਾਲ ਲੈ ਕੇ IT ਦਾ ਕੋਰਸ ਲਏਗਾ ਜਾਂ ਇੰਜੀਨੀਅਰਿੰਗ ਦਾ ਲਏਗਾ, ਇੱਦਾਂ ਹੀ ਮੈਡੀਕਲ ਵਾਲਾ ਬੱਚਾ ਮੈਡੀਕਲ ਤੋਂ ਰਿਲੇਟਿਡ ਹੀ ਕੋਰਸ ਲਏਗਾ। ਇਸ ਕਰਕੇ ਇਹ ਜਿਹੜੇ ਆਪਸ 'ਚ ਕਨੈਕਸ਼ਨ ਬਣਾਉਣੇ ਕੋਰਸ ਦੇ ਬਹੁਤ ਜ਼ਰੂਰੀ ਹੈ, ਔਰ ਉਹਦੇ ਬਾਅਦ ਉਸ ਸਟੇਟ ਦੀ ਜਿਹੜੀ ਸਕਿੱਲ ਓਕੂਪੇਸ਼ਨ ਲਿਸਟ ਹੈ, ਜਿਹੜੇ ਉੱਥੇ ਜਿਹੜੇ ਮੈਨ ਪਾਵਰ ਹੈ, ਜਿਹੜੇ ਬੰਦੇ ਉੱਥੇ ਮਿਲ ਨਹੀਂ ਰਹੇ ਉਹਨਾਂ ਨੂੰ, ਮੰਨ ਲਓ ਇੰਜੀਨੀਅਰਿੰਗ ਪਾਰਟੀਕੁਲਰ ਪੈਟਰੋਲੀਅਮ ਇੰਜੀਨੀਅਰਿੰਗ, ਜਾਂ ਉਸ ਏਰੀਆ 'ਚ ਪੈਟਰੋਲ ਨਿਕਲਦਾ ਹੈ ਜਾਂ ਯੂਰੇਨੀਅਮ ਨਿਕਲਦਾ ਜਾਂ ਗੋਲਡ ਨਿਕਲਦਾ, ਤਾਂ ਉਹਨਾਂ ਨੂੰ ਹੋ ਸਕਦਾ ਉਸਦੇ ਰਿਲੇਟਿਡ ਜਿਹੜੇ ਇੰਜੀਨੀਅਰਸ ਹੈ, ਮਾਈਨ ਇੰਜੀਨੀਅਰਸ ਹੋ ਗਏ, ਪੈਟਰੋਲੀਅਮ ਇੰਜੀਨੀਅਰਸ ਹੋ ਗਏ, ਉਹਨਾਂ ਦੇ ਫਿਰ ਉਹਦੇ ਨਾਲ ਰਿਲੇਟਿਡ ਤੁਹਾਡਾ ਇਲੈਕਟ੍ਰੀਕਲ ਇੰਜੀਨੀਅਰ ਹੋ ਗਏ, ਮਕੈਨੀਕਲ ਇੰਜੀਨੀਅਰ ਹੋ ਗਏ, ਉਹ ਸਾਰਿਆਂ ਦੀ ਸ਼ੋਰਟੇਜ ਚੱਲਣੀ ਹੈ। ਫਿਰ ਉਹ ਜੇ ਬੱਚਾ ਆਪਸ 'ਚ ਮੈਚ ਕਰ ਲਏਗਾ, ਫਿਰ ਇਹਨੂੰ ਆਪਣੇ ਕੈਰੀਅਰ ਵਾਸਤੇ ਕੋਈ ਸਟ੍ਰੈਸ ਨਹੀਂ ਹੈ, ਉਹ ਕੈਰੀਅਰ ਬਹੁਤ ਵਧੀਆ ਬਣਦਾ ਇਹੋ ਜਿਹੇ ਬੱਚਿਆਂ ਦਾ। ਜੀ 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 ਬਿਲਕੁਲ, ਦੇਖੋ ਇਹ ਬਹੁਤ ਅਜਿਹੇ ਖਾਸ ਪੁਆਇੰਟਸ ਨੇ ਜਿੱਥੇ ਸਟੂਡੈਂਟਸ ਨੂੰ ਧਿਆਨ ਦੇਣਾ ਚਾਹੀਦਾ, ਔਰ ਇਹ ਖਾਸ ਪੁਆਇੰਟ ਜਿਹੜਾ ਇੱਕ ਮਾਹਿਰ ਕੰਸਲਟੈਂਟ ਹੀ ਤੁਹਾਨੂੰ ਦੱਸ ਸਕਦਾ ਹੈ, ਅਤੇ ਇਸੇ ਲਈ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਫਿਊਚਰ ਨੂੰ ਲੈ ਕੇ ਹਜੇ ਖਾਸ ਡਿਸੀਜ਼ਨ ਲੈਣੇ ਹੁੰਦੇ ਆ ਕਿ ਅਬਰੋਡ ਸਟੱਡੀ ਲਈ ਜਾਣਾ, ਤਾਂ ਕਿਹੜੀ ਥਾਂ 'ਤੇ ਜਾਈਏ ਜਿੱਥੇ ਸਾਨੂੰ ਮੈਕਸੀਮਮ ਬੈਨੀਫਿਟਸ ਮਿਲ ਸਕਣ, ਜਿੱਥੇ ਪੜ੍ਹਾਈ ਦਾ ਖਰਚਾ ਘੱਟ ਹੋ ਸਕੇ, ਰਹਿਣ ਸਹਿਣ ਦੇ ਖਰਚੇ ਘੱਟ ਹੋ ਸਕਣ, ਔਰ ਨਾਲ PR ਦੇ ਲਈ ਵੀ ਥੋੜ੍ਹਾ ਈਜ਼ੀ ਜ਼ਰੂਰ ਹੈ। ਸੋ ਇਹ ਪੂਰੀ ਜਾਣਕਾਰੀ ਤੁਹਾਨੂੰ ਜ਼ਰੂਰ ਹੋਣੀ ਚਾਹੀਦੀ ਹੈ, ਇਸੇ ਮਕਸਦ ਨਾਲ
ਅਸੀਂ ਇਹ ਵੀਡੀਓ ਬਣਾਈ ਹੈ ਤਾਂ ਕਿ ਸਟੂਡੈਂਟ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਵੇਅਰ ਜ਼ਰੂਰ ਕਰ ਸਕੀਏ। ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਰੀਜਨਲ ਏਰੀਆਜ਼ ਬਾਰੇ ਵੀ ਪੂਰੀ ਇਨਫੋਰਮੇਸ਼ਨ ਲੈ ਕੇ ਇੱਥੇ ਅਪਲਾਈ ਕਰੋ ਅਤੇ ਮੈਕਸੀਮਮ ਬੈਨੀਫਿਟਸ ਤੁਸੀਂ ਲੈ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ। ਫਿਰ ਵੀ ਕੋਈ ਸਵਾਲ ਹੈ ਸਟੂਡੈਂਟਸ ਦੇ ਮਨ ਵਿੱਚ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਇਸ ਉੱਪਰ ਤੁਸੀਂ ਕਾਲ ਕਰੋ, ਪੂਰੀ ਜਾਣਕਾਰੀ ਲਓ, ਜਾਂ ਫਿਰ ਨੈਵੀਗੇਟਰ ਓਵਰਸੀਜ਼ ਦੇ ਚੰਡੀਗੜ੍ਹ ਆਫਿਸ ਵਿੱਚ ਵਿਜ਼ਿਟ ਕਰੋ, ਡਾਕੂਮੈਂਟ ਜ਼ਰੂਰ ਨਾਲ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕੀਤੀ ਜਾ ਸਕੇ, ਸਹੀ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ। ਬਹੁਤ ਬਹੁਤ ਥੈਂਕਸ ਮੈਮ ਤੁਹਾਡਾ ਇੱਕ ਵਾਰ ਫਿਰ ਤੋਂ ਪੂਰੀ ਇਨਫੋਰਮੇਸ਼ਨ ਸਾਂਝੀ ਕਰਨ ਲਈ। ਅੱਗੋਂ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।